ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਅਤੇ ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸ਼ੁਭ ਕਾਮਨਾ ਬਹੁਤ ਬਹੁਤ ਮੁਬਾਰਕਾਂ ਮੈਂ ਇੱਕ ਮੈਸੇਜ ਆਪਣੇ ਸਾਰੇ ਨੌਜਵਾਨ ਯੂਥ ਨੂੰ ਦੇਣਾ ਚਾਹੁੰਦਾ ਕਿ ਇਹ ਜਿਹੜੀ ਨਸ਼ਿਆਂ ਦੀ ਲਹਿਰ ਚੱਲ ਰਹੀ ਹੈ ਸਾਨੂੰ ਇਸ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਤੇ ਖੇਡਾਂ ਵੱਲ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਸਾਡੇ ਨੌਜਵਾਨ ਇਸ ਗਲਤ ਰਾਹ ਤੇ ਭਟਕ ਗਏ ਨੇ ਉਹਨਾਂ ਨੂੰ ਪ੍ਰੇਰ ਕੇ ਪਿਆਰ ਨਾਲ ਕਿਸੇ ਵੀ ਤਰੀਕੇ ਸਮਝਾ ਕੇ ਉਹਨਾਂ ਨੂੰ ਆਪਣੇ ਅਸਲ ਰਸਤੇ ਤੇ ਲੈ ਕੇ ਆਈਏ ਤੇ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਨਾ ਕਿ ਜਿਸ ਤਰ੍ਹਾਂ ਪਿੰਡਾਂ 'ਚ ਕਸਬਿਆਂ 'ਚ ਸ਼ਹਿਰਾਂ 'ਚ ਨਸ਼ੇ ਦਾ ਬਹੁਤ ਜ਼ਿਆਦਾ ਦੌਰ ਚੱਲ ਰਿਹਾ ਹੈ ਬਹੁਤ ਜ਼ਿਆਦਾ ਵਿਕ ਰਿਹਾ ਹੈ ਅਸੀਂ ਲੋਕ ਬੋਲਦੇ ਨਹੀਂ ਆ ਇਹ ਸੋਚਦੇ ਵੀ ਅੱਜ ਇਹ ਬੋਲੇ ਜਾਂ ਉਹ ਬੋਲੇ ਉਹਦੇ ਕਰਕੇ ਕਿ ਸਾਨੂੰ ਪਤਾ ਨਹੀਂ ਕੀ ਹੋਏ ਨਾ ਸਾਨੂੰ ਕੁਝ ਨਹੀਂ ਹੋਣਾ ਸਾਨੂੰ ਸਾਰਿਆਂ ਨੂੰ ਡਟ ਕੇ ਇਹ ਜਿਹੜੇ ਨਸ਼ਾ ਤਸਕਰ ਵੇਚਦੇ ਆ ਮਹੱਲਿਆਂ ਗਲੀਆਂ ਚ ਕਸਬਿਆਂ ਚ ਇਹਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਦੱਸਣਾ ਚਾਹੀਦਾ ਵਾ ਜੇ ਪ੍ਰਸ਼ਾਸਨ ਨਹੀਂ ਮੰਨਦਾ ਤਾਂ ਪ੍ਰਸ਼ਾਸਨ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਪੰਜਾਬ ਦਾ ਮਾਹੌਲ ਆਪ ਹੀ ਠੀਕ ਕਰਨਾ ਪੈਣਾ ਸਾਨੂੰ ਆਪ ਹੀ ਕਰੀ ਹੋਰ ਮੈਂ ਬੇਨਤੀ ਕਰਨਾ ਚਾਹੁੰਨਾ ਸ੍ਰੀ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੀਏ ਜਿਹੜੇ ਸਾਡੇ ਵੀਰ ਬਾਰਡਰਾਂ ਤੇ ਬੈਠੇ ਕਾਲੇ ਕਾਨੂੰਨ ਸਾਡੀ ਖਾਤਰ ਦੇਸ਼ ਦੀ ਖਾਤਰ ਲੜ ਰਹੇ ਨੇ ਮੋਦੀ ਸਰਕਾਰ ਦੇ ਨਾਲ ਮਹਾਰਾਜ ਮੋਦੀ ਸਰਕਾਰ ਨੂੰ ਸਮਰਥ ਬਖਸ਼ੇ ਤਾਂ ਜੋ ਇਹ ਸਾਡੇ ਜਿਹੜੇ ਨੌਜਵਾਨ ਆ ਕਿਸਾਨ ਵੀਰ ਆ ਇਹ ਜਿੱਤ ਕੇ ਇੱਕ ਵੱਡੀ ਜੰਗ ਆ ਕਾਲੇ ਕਾਨੂੰਨਾਂ ਦੀ ਇਹ ਜੰਗ ਜਿੱਤ ਕੇ ਆਪਣੇ ਘਰਾਂ 'ਚ ਆਣ ਕੇ ਫੇਰੇ ਖੁਸ਼ੀ ਦੀ ਦੀਵਾਲੀ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ